ਤੇਰੇ ਰੀਅਰ ਦੇ ਟਾਇਰਾਂ ਦਾ ਸਾਈਜ਼ ਹੈ ਜਿਹੜਾ ਉਹ 1630 ਦਾ ਹੈਗਾ, 1630 ਦਾ ਰੀਅਰ ਦੇ ਟਾਇਰਾਂ ਦਾ ਸਾਈਜ਼ ਹੈ, ਠੀਕ ਹੈ ਜੀ। ਇਹਦਾ ਤੁਸੀਂ ਦੇਖ ਲਓ ਵੀ ਰਿਮ ਦਾ ਜਿਹੜਾ ਸਾਈਜ਼ ਉਹ ਵੱਡਾ ਹੈ, ਹੋਰ ਦੇ ਵਿੱਚ ਕਰਾ ਲਓ ਹਿੱਸਾ ਵਾ ਦੀ, ਪਰ ਹੁਣ ਕੰਪਨੀ ਨੇ ਫਰੰਟ ਅਤੇ ਰੀਅਰ ਵਾਲਾ ਹਿੱਸਾ ਜਿਹੜੇ ਉਹ ADI ਨੇ ਅਤੇ ਉੱਪਰ ਵਾਲੇ CRDI ਕੀਤੇ ਹੋਏ ਨੇ ਐਜ਼ ਪਰ ਦਾ ਗਵਰਨਮੈਂਟ ਇੰਡੀਕੇਸ਼ਨ ਦੀ, ਅਤੇ ਇਹ ਵੀ ਬਹੁਤ ਸੋਹਣਾ ਟਰੈਕਟਰ ਹੈ ਜੀ। ਹਾਂਜੀ ਦੱਸੋ ਇਹ ਕਿਹੜਾ ਜੀ? ਇਹ ਫਾਰਮ ਟਰੈਕ 60 EPI ਦੇ ਵਿੱਚ ਹੈ ਜੀ। ਇਹਦੇ ਰੀਅਰ ਦੇ ਟਾਇਰ ਨੇ ਜਿਹੜੇ 1622 ਦੇ ਆਉਂਦੇ ਨੇ, ਅਤੇ ਹੁਣ ਇਹ ਟਰੈਕਟਰ ਤੁਹਾਨੂੰ 4x4 ਦੇ ਵਿੱਚ ਨਹੀਂ ਮਿਲੂਗਾ, ਬੰਦ ਹੋ ਗਿਆ, 4x2 ਦੇ ਵਿੱਚ ਹੀ ਮਿਲੂ। ਓਕੇ ਜੀ। ਅਤੇ ਇੱਕ ਨਵੀਆਂ ਬਾਹਰ ਸ਼ੋਆਂ ਦੇ ਵਿੱਚ ਨਵੀਂ ਜਿਹੜੀ ਸ਼ੋਅ ਦੇ ਵਿੱਚ ਆਇਆ ਉਹਦੇ ਵਿੱਚ ਤੁਹਾਨੂੰ 4x4 ਟਰੈਕਟਰ ਮਿਲ ਜਾਏ। ਇਹ ਟਰੈਕਟਰ CRDI ਨਹੀਂ ਹੈਗਾ, ਸਿੰਪਲ ਆ, ਜਿਵੇਂ ਪਹਿਲਾਂ ADI ਟਰੈਕਟਰ ਆਉਂਦੇ ਸੀ। ਇਹਦਾ ਰੇਅਰ ਪਿਨ ਮਰਾ ਗਿਆ, ਇਹਦੇ ਬਾਰੇ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ। ਅੱਜ ਤੱਕ ਫਾਰਮ ਟਰੈਕ ਦਾ ਸਭ ਤੋਂ ਜ਼ਿਆਦਾ ਟਰੈਕਟਰਾਂ ਦਾ ਰਾਜਾ ਹੀ ਮੰਨਿਆ ਗਿਆ ਇਹ। ਅਤੇ ਅੱਗੇ ਆ ਜੀ। ਹਾਂਜੀ ਇਹ 6052 ਜੀ, ਜਿਵੇਂ ਇਹ CRDI ਦੇ ਵਿੱਚ ਆ ਗਿਆ, ਅਤੇ ਇਹਦੀ ਜਿਹੜੀ ਲਿਫਟ ਕੈਪੈਸਿਟੀ ਆ ਉਹ 25 ਕੁਇੰਟਲ ਦੇ ਲਗਭਗ ਹੈ, ਇਹ CRDI ਦੇ ਵਿੱਚ ਹੈਗਾ, ਠੀਕ ਹੈ ਜੀ। ਟਰਬੋ ਨਹੀਂ ਹੈਗਾ, ਇਹ ਨੋਰਮਲ ਟਰੈਕਟਰ ਹੈ। ਅਤੇ ਇਹਦੇ ਵਿੱਚ ਤੁਹਾਨੂੰ ਇੱਥੇ ਤੁਸੀਂ ਉੱਧਰਲੀ ਸਾਈਡ ਆਓ, ਤੁਹਾਨੂੰ 3 ਸਪੀਡ ਮਿਲਦਾ, ਜਿੱਦਾਂ ਪਹਿਲਾਂ ਫਾਰਮ ਟਰੈਕ 6052 ਬਹੁਤ ਮਸ਼ਹੂਰ ਹੈ ਝੋਟੇ ਗੇਅਰ ਦੇ ਵਿੱਚ, ਆ ਦੇਖੋ ਹਾਂਜੀ ਇਹ ਝੋਟੇ ਗੇਅਰ ਵਾਲਾ, ਇਹ ਝੋਟਾ ਗੇਅਰ ਘੋੜਾ ਗੇਅਰ ਕਹਿੰਦੇ ਨੇ, ਅਤੇ ਬੁੱਲ ਗੇਅਰ ਵਾਲਾ ਟਰੈਕਟਰ ਜ਼ਿਆਦਾਤਰ ਕਰਦਾ ਇਹ ਝੋਟਾ, ਜ਼ਿਆਦਾਤਰ ਝੋਟਾ ਗੇਅਰ ਕਹਿੰਦੇ ਨੇ। ਇਹਦਾ ਕਲਸਟਰ ਮੀਟਰ ਬਹੁਤ ਸੋਹਣਾ ਬਣਾਇਆ, ਇਹ ਬਹੁਤ ਸੋਹਣਾ ਬਣਾਇਆ ਨਾ ਮੀਟਰ। ਇਹਦੀ ਟੈਂਕੀ ਹੈਗੀ ਹੈ ਜਿਹੜੀ, ਆ ਤੁਸੀਂ ਦੇਖੋ ਪਲਾਸਟਿਕ ਦੀ ਟੈਂਕੀ ਕੀਤੀ ਆ CRDI ਕਰਕੇ। ਅੱਛਾ ਜੀ। ਸਾਰੇ ਟਰੈਕਟਰਾਂ ਦੀ ਜਿਹੜੀ ਡੀਜ਼ਲ ਟੈਂਕੀ ਆ ਉਹ CRDI ਦੇ ਵਿੱਚ ਪਲਾਸਟਿਕ ਦੀ ਹੁੰਦੀ ਹੈ, ਅਤੇ ਬਾਕੀ ਇਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪਹਿਲਾਂ ਵਾਲੇ 6052 ਵਰਗਾ ਹੀ ਹੈ, ਇਹ ਇੰਜਨ ਦੀ ਮੇਕਿੰਗ ਦੇ ਵਿੱਚ ਫਰਕ ਹੋ ਗਿਆ। ਬਾਕੀ ਸਾਰਿਆਂ ਨੂੰ ਪਤਾ ਇਹਦੇ ਜਿਹੜੇ ਸਰਵਿਸ ਆ 500 ਘੰਟੇ ਬਾਅਦ, ਜਿਵੇਂ ਉਹ ਚਿੱਟਾ ਫਿਲਟਰ ਹੈਗਾ, ਕਿਉਂਕਿ ਆਪਾਂ ਇੱਥੇ ਗੱਲ ਕਰਾਂਗੇ, ਕੋਈ ਇਹ ਗੱਲ ਨਹੀਂ ਕਰਾਂਗੇ ਵੀ ਆਹ ਹਾਈ ਵਿੱਚ ਆਹ ਲਾਤੀਆਂ, ਲਾਈਟਾਂ ਲਾਤੀਆਂ, ਉਹ ਲਾਤੀਆਂ, ਇਹਦੇ ਵਿੱਚ ਮੋਟਾ ਮੋਟਾ ਦੱਸਾਂਗੇ, ਇਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪਾਇਆ। ਬਾਕੀ ਅਸੀਂ ਬਾਹਰੇ ਉਹਨਾਂ ਬਾਰੇ ਪਤਾ ਕਰਾਂਗੇ ਜੋ ਬਾਹਰੇ ਖੜੇ ਨੇ। ਹਾਂ ਉਹਨਾਂ ਬਾਰੇ ਜ਼ਿਆਦਾ ਆਪਾਂ ਗੱਲ ਕਰਾਂਗੇ। ਇਹਦਾ ਪਲੈਟਫਾਰਮ ਫਲੈਟ ਨਹੀਂ ਹੈਗਾ ਵੀਰ ਜੀ, ਹੈ ਨਾ? ਅੱਛਾ ਜੀ। ਦੇਖੋ ਵਿਚਾਲੇ ਹੰਪ ਹੈਗਾ, ਇਹਦਾ ਫਲੈਟ ਨਹੀਂ ਹੈਗਾ, ਉਹਦੇ ਬਾਹਰੇ ਮਾਡਲ ਖੜੇ ਨੇ, ਉਹਨਾਂ ਦਾ ਫਲੈਟ ਪਲੈਟਫਾਰਮ ਆ ਜਿਹੜਾ ਫਲੈਟ ਆ, ਸੇਮ ਨੇ ਸਾਰੇ ਟਰੈਕਟਰ, ਇਹ ਪਾਵਰ ਮੈਕਸ ਸ਼੍ਰੇਣੀ ਦੇ ਵਿੱਚ ਆਉਂਦੇ ਨੇ। T20 ਇਹਨੂੰ ਕਹਿੰਦੇ ਨੇ, ਸਪੀਡ ਗੇਅਰ ਬਾਕਸ ਹੈ, 20 ਸਪੀਡ ਵਾਲਾ ਗੇਅਰ ਬਾਕਸ ਹੈ ਜੀ ਇਹਦੇ, ਅਤੇ ਪਿੱਛੋਂ ਤੁਸੀਂ ਦੇਖ ਸਕਦੇ ਹੋ ਜੇ ਲਿੰਕਸ ਵਗੈਰਾ ਦੇਖਣੀਆਂ ਨੇ ਇਹਨਾਂ ਦੀਆਂ। ਹਾਂਜੀ ਆਪਾਂ ਦਿਖਾਉਂਦੇ ਹਾਂ ਸਾਈਡ ਤੋਂ, ਜਿੱਦਾਂ ਤੁਸੀਂ ਦੇਖੋਗੇ ਸੇਮ ਪੁਰਾਣਾ ਹੀ ਉਹ ਹਿੱਸਾ ਹੈਗਾ T20, ਤਾਂ ਇੱਥੋਂ ਇਹ ਕੰਟਰੋਲ ਕਰਦਾ ਉੱਪਰੋਂ, ਇਹ 3 ਜਿਹੜੀਆਂ ਫਰਾਕ ਨੇ ਇਹਦੇ ਹਿੱਚ ਦੇ ਵਿੱਚ ਜਿਹੜਾ ਟੌਪ ਲਿੰਕ ਵਾਸਤੇ, ਅਤੇ ਜਿੰਨਾ ਉੱਪਰ ਪਾਈ ਜਾਓਗੇ ਉਨਾ ਉੱਪਰ ਜ਼ਿਆਦਾ ਕੰਟਰੋਲ ਕਰੂ, ਨੀਚੇ ਘੱਟ ਕਰੂਗਾ। ਅਤੇ ਹੁਣ ਜਿਹੜੇ ਬਾਹਰ ਟਰੈਕਟਰ ਖੜ੍ਹੇ ਨੇ ਉਹਨਾਂ ਦੇ ਵੀ ਸੇਮ ਇੱਦਾਂ ਹੀ ਜਿਹੜੀ ਹੈ ਕੰਟਰੋਲਿੰਗ ਸਿਸਟਮ ਇੱਦਾਂ ਹੀ ਲਾਇਆ ਹੋਇਆ ਸਾਰਾ। ਇਹ ਹੈਗਾ ਜੀ ਫਾਰਮ ਟਰੈਕ 45 EPI ਪਾਵਰ ਮੈਕਸ, ਇਹ ਵੀ ADI ਦੇ ਵਿੱਚ ਹੈ, ਕਿਉਂਕਿ ਸਾਰਿਆਂ ਨੂੰ ਪਤਾ ਕਿ 60 horsepower ਤੋਂ ਨੀਚੇ ਦੇ ਟਰੈਕਟਰ ਨੇ ਜਿਹੜੇ ਉਹ ADI ਨੇ ਅਤੇ ਉੱਪਰ ਵਾਲੇ CRDI ਕੀਤੇ ਹੋਏ ਨੇ ਐਜ਼ ਪਰ ਦਾ ਗਵਰਨਮੈਂਟ ਇੰਡੀਕੇਸ਼ਨ ਦੀ। ਅਤੇ ਇਹ ਵੀ ਬਹੁਤ ਸੋਹਣਾ ਟਰੈਕਟਰ ਹੈ, ਇਹਦੇ ਬਾਰੇ ਤੁਹਾਨੂੰ ਦੱਸਣ ਦੀ ਵਾਲੀ ਲੋੜ ਨਹੀਂ ਹੈ, ਇਹ ਬੇਸਿਕਸ 'ਚ ਆ ਗਈ ਹੈ। ਹਾਂ ਇਹ ਛੋਟੇ ਮਾਡਲ ਆ ਗਏ ਜਿਨ੍ਹਾਂ ਨੂੰ ਘੱਟ ਹੌਸ ਪਾਵਰ ਦੀ ਲੋੜ ਪੈਂਦੀ ਹੈ, ਉਹਦੇ ਲਈ ਫਾਰਮ ਟਰੈਕ 45 ਆ ਗਏ। ਇਹਦਾ ਵੀ ਜਿਹੜਾ ਹੈਗਾ ਬੋਨਟ ਹੈ, ਸਿੰਗਲ ਪੀਸ ਬੋਨਟ ਹੈ, ਓਕੇ, ਖੁੱਲ੍ਹਦਾ, ਪਰ ਉਹ ਆਪਾਂ ਨੂੰ ਆਹ ਸਾਹ ਵਾਲਾ ਖੁੱਲ੍ਹਣਾ ਪਊਗਾ। ਇਹਦੇ 'ਚ ਡਰਾਈ ਏਅਰ ਕਲੀਨਰ ਨਹੀਂ ਹੈਗਾ, ਇਹਦੇ ਵਿੱਚ ਏਅਰ ਕਲੀਨਰ ਹੈ ਜਿਹੜਾ ਤੇਲ ਵਾਲਾ ਏਅਰ ਕਲੀਨਰ ਹੈ, ਜਿੱਦਾਂ ਪਹਿਲਾਂ ਟਰੈਕਟਰ ਨੂੰ ਕਰਾਂਗੇ। ਅਤੇ ਬਾਕੀ ਇਹਦਾ ਦਿਖਾ ਦੇ ਜੀ, ਇਹ ਪਾਵਰ ਮੈਕਸ ਸ਼੍ਰੇਣੀ ਦੇ ਵਿੱਚ ਆਉਂਦਾ, ਇਹ ਵੀ T20 ਗੇਅਰ ਬਾਕਸ ਦੇ ਵਿੱਚ ਹੈ, ਅਤੇ ADI ਹੈਗਾ, ADI ਸ਼੍ਰੇਣੀ ਦੇ ਵਿੱਚ ਆਉਂਦਾ।
ਇਹਦੇ ਵਿੱਚ ਵੀ ਬੁੱਲ ਗੇਅਰ ਤੁਹਾਨੂੰ ਮਿਲੂਗਾ ਉੱਧਰੋਂ, ਤੁਸੀਂ ਦਿਖਾ ਸਕਦੇ ਹੋ ਝੋਟਾ ਗੇਅਰ ਜਿਹੜਾ ਕਹਿੰਦੇ ਝੋਟਾ ਗੇਅਰ ਦੇ ਵਿੱਚ ਆਉਂਦਾ ਇਹ, ਮਤਲਬ ਤੁਸੀਂ ਮੰਨ ਸਕਦੇ ਹੋ 30 ਸਪੀਡ ਟਰੈਕਟਰ ਹੈ। ਠੀਕ ਹੈ, ਠੀਕ ਹੈ, ਬਹੁਤ ਵਧੀਆ ਟਰੈਕਟਰ ਹੈ ਜੀ। ਬਾਕੀ ਜੇ ਤੁਹਾਡੀ ਹੋਰ ਕੋਈ ਵੀ ਇਨਕੁਆਇਰੀ ਹੈ ਆਪਾਂ ਤੁਸੀਂ ਪੁੱਛ ਸਕਦੇ ਹੋ, ਤੁਸੀਂ ਜੀ ਤੁਸੀਂ ਇੱਥੇ ਆ ਕੇ ਜੀ ਪਤਾ ਕਰ ਸਕਦੇ ਹੋ। ਤੁਹਾਨੂੰ ਹੁਣ ਅਸੀਂ ਦਿਖਾਉਂਦੇ ਹਾਂ ਬਾਹਰਲੇ ਟਰੈਕਟਰ ਜੋ ਬਾਹਰ ਖੜੇ ਨੇ 4x4, ਉਹਨਾਂ ਬਾਰੇ ਦੱਸ ਦਿਓ। ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਜੀ ਫਾਰਮ ਟਰੈਕ 60-65, ਇਹ ਨਵੀਂ ਸ਼ੇਪ 'ਚ ਆਏਗਾ 4x4, ਇਹ ਆਪਾਂ ਤੁਹਾਨੂੰ ਸਾਰੇ ਫੀਚਰ ਦੱਸਦੇ ਇਹਦੇ। ਆ ਦੱਸਿਓ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਅਸੀਂ ਤੁਹਾਡੇ ਦਰਮਿਆਨ ਲੈ ਕੇ ਆਏ ਫਾਰਮ ਟਰੈਕ 60-65, ਜਿਹੜਾ ਕਿ ਨਵੀਂ ਸ਼ੇਪ ਦੇ ਵਿੱਚ ਸਿੰਗਲ ਮੋਨਟ ਪੀਸ ਆਇਆ। ਪਹਿਲਾਂ ਵੀ ਆਉਂਦਾ ਸੀ ਇਹ, ਪਰ ਪਹਿਲਾਂ ਉਹ ਪਹਿਲਾਂ ਵਾਲੀ ਜਿਹੜੀ 60-65 ਉਹ ਬੰਦ ਹੋ ਗਿਆ। ਉਹਦੇ ਵਿੱਚ ਫਰੰਟ ਅਤੇ ਰੀਅਰ ਦੇ ਵਿੱਚ 4x4 ਦੇ ਵਿੱਚ ਕਰਾਰੋ ਹਿੱਸਾ ਆਉਂਦਾ ਸੀ, ਪਰ ਹੁਣ ਕੰਪਨੀ ਨੇ ਫਰੰਟ ਅਤੇ ਰੀਅਰ ਵਾਲਾ ਹਿੱਸਾ ਜਿਹੜਾ ਉਹ ਖੁਦ ਸਕੌਟ ਦਾ ਡਿਜ਼ਾਇਨ ਕਰਕੇ। ਅਤੇ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਜੀ ਬੋਨਟ ਤੋਂ ਗੱਲ ਕਰੀਏ ਤਾਂ ਸਿੰਗਲ ਪੀਰੀਅਡ ਸਿੰਗਲ ਪੀਸ ਬੋਨਟ ਆ ਜੀ। ਅਤੇ ਇਹਦੇ ਕੰਪਨੀ ਨੇ ਇੱਦਾਂ ਪ੍ਰੈਸ ਕਰਕੇ, ਪਹਿਲਾਂ ਤਿੰਨ ਪਾਸੇ ਖੁੱਲ੍ਹਦੀ ਸੀ ਸ਼ੋ, ਪਰ ਹੁਣ ਸਿੰਗਲ ਪੀਸ ਹੈਗਾ। ਇਹ ਦੇਖੋ ਅਤੇ ਗੱਡੀਆਂ ਵਾਂਗੂ ਇਹਦੇ ਪ੍ਰੈਸ਼ਰ ਚੱਕ ਦਿੱਤੇ ਹੋਏ ਨੇ, ਜਿਵੇਂ ਅੱਜ ਕੱਲ੍ਹ ਕਾਫੀ ਟਰੈਕਟਰਾਂ 'ਚ ਹੋਰ ਕੰਪਨੀਆਂ ਵੀ ਦਿੰਦੀਆਂ ਨੇ। ਅਤੇ ਅੱਗੇ ਜੀ ਇਹਦੀ ਇੱਦਾਂ ਦਾ ਬੋਨਟ ਕੀਤਾ। ਅਤੇ ਸਭ ਤੋਂ ਪਹਿਲਾਂ ਜੇ ਆਪਾਂ ਇਹਦੇ ਫਰੰਟ ਦੇ ਵਿੱਚ ਗੱਲ ਕਰੀਏ ਵੇਟਾਂ ਦੀ, ਤਾਂ ਇਹ 22 ਕਿਲੋ ਦੀ ਇੱਕ ਪਲੇਟ ਹੈ। ਇਹ ਤੁਹਾਨੂੰ ਵੇਟ ਮਿਲ ਜਾਂਦਾ ਅੱਗੇ, ਕਿਉਂਕਿ 4x4 ਤੁਹਾਨੂੰ ਪਤਾ ਹੀ ਹੈ ਸਾਰਿਆਂ ਦੇ 4x4 ਦੇ ਵਿੱਚ ਦਿੰਦੀਆਂ ਨੇ ਸਾਰੀਆਂ ਕੰਪਨੀਆਂ। ਉਸ ਤੋਂ ਬਾਅਦ ਦਾ ਜਿਹੜਾ 4x4 ਦਾ ਫਰੰਟ ਹਿੱਸਾ ਹੈਗਾ, ਇਹ ਸਕੌਟ ਦਾ ਖੁਦ ਦਾ ਡਿਜ਼ਾਇਨ ਕੀਤਾ ਹੋਇਆ। ਅਤੇ ਇਹ ਟਰੈਕਟਰ ਹੈ ਜਿਹੜਾ 4 ਸਿਲੰਡਰ ਦੇ ਵਿੱਚ ਆਉਂਦਾ ਅਤੇ CRDI ਸ਼੍ਰੇਣੀ ਦੇ ਵਿੱਚ ਆਉਂਦਾ। ਪਹਿਲਾਂ ADI ਸ਼੍ਰੇਣੀ ਦੇ ਵਿੱਚ ਤੁਸੀਂ 60-65 ਦੇਖਿਆ ਹੋਊਗਾ, CRDI ਟਰੈਕਟਰ ਹੈਗਾ ਇਹ, ਅਤੇ CRDI ਦੇ ਵਿੱਚ ਆਉਂਦਾ ਹੈਗਾ ਇਹ। ਇਹਦੇ ਜਿਹੜੇ ਫਰੰਟ ਵਾਲੇ ਟਾਇਰ ਨੇ ਉਹ ਤੁਹਾਨੂੰ 11-24 ਦੇ ਮਿਲਣਗੇ, ਫਰੰਟ ਵਾਲੇ ਟਾਇਰਾਂ ਦਾ ਸਾਈਜ਼ ਜਿਹੜਾ 11-24 ਹੈਗਾ। ਠੀਕ ਹੈ ਜੀ। ਅਤੇ ਅਲਮੀਨੀਅਮ ਦਾ ਰੇਡੀਏਟਰ ਦਿੰਦੇ ਨੇ ਇਹਦੇ ਜਿਹੜੇ ਹੈਗੇ ਆ ਕੰਪਨੀ ਹੁਣ। ਅਤੇ ਇਹਦਾ ਫੈਨ ਕਾਫੀ ਵੱਡਾ ਹੈਗਾ ਜੀ, ਜੇ ਟਰੈਕਟਰ ਨੂੰ ਗਰਮ ਹੋਣ ਤੋਂ ਬਚਾਉਂਦਾ ਹੈਗਾ। ਫਿਰ ਅੱਗੇ ਇਹ ਹੀਟ ਗਾਰਡ ਨੇ ਜਿਹੜੇ ਕਿ ਸਾਡੇ ਪੈਰਾਂ ਨੂੰ ਮੱਚਣ ਨਹੀਂ ਹੁੰਦੀ। ਅਤੇ ਬਾਕੀ CRDI ਦਾ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਵੀ ਕੀ ਸਿਸਟਮ ਹੁੰਦਾ, ਉਹ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈਗੀ। ਆਹ ਡਬਲ ਐਕਟਿੰਗ ਇਹਦਾ ਇੱਥੇ ਜਿਹੜਾ ਹੈਗਾ ਸਟੇਅਰਿੰਗ ਹੈ, ਡਬਲ ਐਕਟਿੰਗ ਉਹ ਸਿਲੰਡਰ ਲੱਗਿਆ ਹੋਇਆ ਇਹ 'ਚ, ਕਟਾਈ ਦੇ ਵਿੱਚ ਜਿਹੜਾ ਕਟਾਈ ਨੂੰ ਕੰਫਰਟੇਬਲ ਬਣਾਉਂਦਾ ਹੈਗਾ ਹੋਰ। ਅਤੇ ਇਹਦੇ ਪਰਲੀ ਸਾਈਡ ਢੱਕਣ ਆ ਤੇਲ ਵਾਲੀ ਟੈਂਕੀ ਦਾ। ਅਤੇ ਇਹਦਾ ਪਲੈਟਫੋਮ ਹੈ ਜਿਹੜਾ ਕੰਪਨੀ ਨੇ ਸਾਰਾ ਫਲੈਟ ਕਰ ਦਿੱਤਾ ਕਿ ਬਹੁਤ ਸੋਹਣਾ ਬਣਿਆ ਹੋਇਆ। ਅਤੇ ਬ੍ਰੇਕ ਪੈਡਲ ਨੇ ਜਿਹੜੇ ਇਹਦੇ ਜਾਂ ਕਲੱਚ ਹੈ ਉਹ ਸਸਪੈਂਡਡ ਹੈ, ਸਾਰਾ ਕੁਛ ਸਸਪੈਂਡਡ ਲਾਏ ਹੋਏ ਨੇ। ਅਤੇ ਹੁਣ ਇਹਦੇ ਜੇ ਆਪਾਂ ਰੀਅਰ ਹਿੱਸੇ ਦੀ ਗੱਲ ਕਰੀਏ ਤਾਂ ਪਹਿਲਾਂ 60-65 ਜੇ ਤੁਸੀਂ ਦੇਖਿਆ ਉਹ ਕਰਾਰੋ ਹਿੱਸੇ 'ਚ ਆਉਂਦਾ ਸੀ, ਕਰਾਰੋ ਕੰਪਨੀ ਦਾ ਸੀ, ਪਰ ਇਹ ਸਕੌਟ ਨੇ ਹੁਣ ਆਪਣਾ ਡਿਜ਼ਾਇਨ ਕੀਤਾ। ਇਹਦੇ ਵਿੱਚ ਇਹਨਾਂ ਨੇ ਹਾਈ ਲੋਅ ਰੱਖ ਕੇ ਇੱਕ ਸਪੈਸ਼ਲ ਗੇਅਰ ਦੀ ਸਪੀਡ ਕੀਤੀ ਹੈ, ਜਿਹੜਾ ਗੇਅਰ ਹੈਗਾ ਮੀਡੀਅਮ ਕਰਨ ਵਾਸਤੇ ਸਪੈਸ਼ਲ ਗੇਅਰ ਲਾਤਾ ਕਿ ਹਾਈ ਤੋਂ ਸਪੀਡ ਘੱਟ ਜੇ ਅਤੇ ਲੋਅ ਤੋਂ ਵਧੀ ਰਹੇ, ਕੰਮ ਉਹ ਮੀਡੀਅਮ ਵਾਲੀ ਕਰੂਗਾ। ਪਰ ਮੀਡੀਅਮ ਗੇਅਰ ਨਹੀਂ ਹੈਗਾ ਵੈਸੇ, ਉਹ ਤੁਸੀਂ ਇੱਥੇ ਮਿਸ ਕਰੋਗੇ ਪਹਿਲਾਂ ਵਾਲੇ 60-65 ਨਾਲੋਂ। ਅਤੇ ਇਹਦੇ ਰੀਅਰ ਦੇ ਟਾਇਰਾਂ ਦਾ ਸਾਈਜ਼ ਹੈ ਜਿਹੜਾ ਉਹ 16x30 ਹੈਗਾ, 16x30 ਦਾ ਰੀਅਰ ਦੇ ਟਾਇਰਾਂ ਦਾ ਸਾਈਜ਼ ਹੈ। ਠੀਕ ਹੈ ਜੀ। ਇਹਦਾ ਤੁਸੀਂ ਦੇਖ ਲਓ ਵੀ ਰਿਮ ਦਾ ਜਿਹੜਾ ਸਾਈਜ਼ 16x28 ਦਾ ਟਾਇਰ ਖੜਾ ਉੱਧਰ 60x52 ਦਾ, ਉਹਦੇ ਨਾਲ ਰਿਮ ਦਾ ਜਿਹੜਾ ਸਾਈਜ਼ ਵੱਡਾ ਰਹੂਗਾ। ਵਧੀਆ ਹੈਗੀ ਨਾ ਜੀ। ਇਹਦਾ ਪਿੱਛੋਂ ਤੁਹਾਨੂੰ ਆ ਜਾਓ ਦਿਖਾਉਂਦੇ ਹਾਂ, ਇਹਦੀਆਂ ਲਿੰਕਾਂ ਹੈਗੀਆਂ ਜੀ, ਦੋਨੋਂ ਪਾਸੇ ਐਡਜਸਟੇਬਲ ਨੇ, ਗੱਡੀਆਂ ਛੋਟੀਆਂ ਦੋਨੋਂ ਪਾਸੇ ਹੋ ਜਾਂਦੀਆਂ ਨੇ। ਠੀਕ ਹੈ ਜੀ। ਅਤੇ ਜਿਹੜਾ ਇੱਥੋਂ ਦੇ ਟੌਪ ਲਿੰਕ ਦੇ ਵਿੱਚ ਜਿਹੜੀਆਂ ਹਿੱਚਾਂ ਨੇ ਉਹ 2 ਨੇ, ਪਹਿਲਾਂ ਵਾਲੇ ਟਰੈਕਟਰਾਂ 'ਚ 3 ਹੁੰਦੀਆਂ ਸੀ, ਪਰ ਇਹ ਹੁਣ ਹਿੱਚ 2 ਆ ਗਈਆਂ ਇੱਥੇ। ਅਤੇ ਇਹਦਾ PTU ਆ ਗਿਆ ਪਹਿਲਾਂ ਵਾਂਗੂ, ਇੰਡੀਪੈਂਡੈਂਟ PTU ਹੈਗਾ। ਅਤੇ ਲਿਫਟ ਸਟਰੈਂਥ ਕਿੰਨੀ ਜੀ? ਇਹ ਲਿਫਟ ਸਟਰੈਂਥ ਇਹਦੀ ਹੈਗੀ ਹੈ ਜੀ 25 ਕੁਇੰਟਲ ਦੀ ਹੈ, 25 ਕੁਇੰਟਲ ਦੇ ਲਗਭਗ, ਅਤੇ 25 ਕੁਇੰਟਲ ਇਹ ਲਿਫਟ ਦੀ ਕੈਪੈਸਿਟੀ ਹੈ।
ਤੇ ਤੁਸੀਂ ਬਾਕੀ ਦੇਖਿਆ ਹੋਊ ਜਿਹੜਾ ਜ਼ਿਆਦਾਤਰ ਟਰੈਕਟਰ ਆਉਂਦੇ ਨੇ ਜਿੱਦਾਂ ਹੋਰ ਟਰੈਕਟਰਾਂ ਦੇ ਵਿੱਚ ਆਹ ਕੰਟਰੋਲਿੰਗ ਦਾ ਫਰਕ ਹੁੰਦਾ ਸੀਗਾ, ਇਹਦੀ ਕੰਟਰੋਲਿੰਗ ਪਹਿਲਾਂ ਵਾਲੇ ਜਿਹੜੇ ਫਾਰਮ ਟਰੈਕ 60 ਹੁੰਦੇ ਸੀ ਉਹਨਾਂ ਵਾਂਗੂ ਕੰਟਰੋਲ ਕਰਦਾ ਹੈ, ਨਹੀਂ ਤਾਂ ਜ਼ਿਆਦਾਤਰ ਟਰੈਕਟਰ ਨੇ ਜਿਹੜੇ ਜਿੱਦਾਂ ਵੱਡੀਆਂ ਸ਼੍ਰੇਣੀਆਂ ਦੇ ਵਿੱਚ ਆ ਕੇ ਉਹਨਾਂ ਦੇ ਇੱਥੇ ਇੱਕ ਰੋਡ ਜੀ ਲੱਗੀ ਹੁੰਦੀ ਆ ਥੱਲੇ ਉਹਨੂੰ ਕੰਟਰੋਲ ਕਰਦਾ ਹੈ, ਇਹ ਉਦੋਂ ਮਤਲਬ ਪਹਿਲਾਂ ਵਾਲੇ 60-65 ਨਾਲ ਉਹ ਉਲਟੀ ਦਿਸ਼ਾ ਦੇ ਵਿੱਚ ਕੰਟਰੋਲਿੰਗ ਜ਼ਿਆਦਾ ਕਰੂਗਾ। ਅਤੇ ਇਹ ਇਹਦੇ ਮੱਡ ਗਾਰਡ ਆ ਗਈ, ਸਟਾਈਲਿਸ਼ ਕਰਦੇ ਕੰਪਨੀ ਨੇ, LED ਲਾਈਟਾਂ, ਬੈਕ ਲਾਈਟ ਆ ਗਈ, ਅਤੇ ਸੀਟ ਹੈ ਜਿਹੜੀ ਉਹ ਕਾਫੀ ਕੰਫਰਟੇਬਲ ਕਰ ਦਿੱਤੀ ਗਈ ਹੈ। ਅਤੇ ਅੱਜ ਤੁਹਾਨੂੰ ਇਹ ਤੇਲ ਦੇ ਵਿੱਚ ਡੁੱਬੀਆਂ ਡਿਸਕ ਬ੍ਰੇਕਾਂ ਨੇ ਜਿਹੜੀਆਂ ਉਹ ਅੱਜ ਕੱਲ੍ਹ ਸਾਰੀਆਂ ਆਉਂਦੀਆਂ ਨੇ, ਆਇਲ ਬ੍ਰੇਕਿੰਗ ਆਉਂਦੀ ਹੈਗੀ, ਠੀਕ ਹੈ ਜੀ। ਅਤੇ ਬਾਕੀ ਇਹਦੇ ਵਿੱਚ ਤੁਹਾਨੂੰ ਉੱਪਰੋਂ ਖੜ੍ਹ ਕੇ ਅਸੀਂ ਕਰਾਉਂਦੇ ਹਾਂ ਦਰਸ਼ਨ, ਬਾਕੀ ਤਾਂ ਸਨਕਤਾ ਬਣੀ ਹੈ ਜੀ, ਸੋਹਣਾ ਬਣਾਤਾ। ਆਹ ਇੱਧਰਲੇ ਪਾਸੇ ਜਿੱਦਾਂ ਤੁਹਾਨੂੰ ਦੱਸਿਆ ਸੀ ਡੀਜ਼ਲ ਟੈਂਕ ਦਾ ਢੱਕਣ ਸਾਈਡ 'ਤੇ ਕਰ ਦਿੱਤਾ ਗਿਆ, ਇਹ ਬਹੁਤ ਵਧੀਆ ਚੀਜ਼ ਹੈ ਨਾ। ਹਾਂਜੀ, ਇਹ ਤੇਲ ਪਾਉਣਾ, ਤੇਲ ਪਾਉਣਾ ਬਹੁਤ ਔਖਾ ਸੀ ਆਪਾਂ ਨੂੰ, ਡੁੱਲ ਜਾਂਦਾ ਸੀ, ਰੰਗ ਵੀ ਖਰਾਬ ਹੁੰਦਾ ਸੀਗਾ। ਅਤੇ ਜਿਹੜਾ ਇਹਦੀ ਬੋਨਟ ਹੈਗਾ ਇਹ ਫਾਈਬਰ ਮੇਡ ਹੈ, ਇਹ ਸਟੀਲ ਜਾਂ ਲੋਹੇ ਦਾ ਨਹੀਂ ਹੈਗਾ ਹੈਗਾ। ਅਤੇ ਇੱਕ ਦੋ ਤੁਹਾਨੂੰ ਸਟੇਅਰਸ ਦੇ ਦਿੱਤੀਆਂ ਤਾਂ ਕਿ ਬੰਦੇ ਨੂੰ ਚੜ੍ਹਨ ਲਈ ਕੰਫਰਟੇਬਲ ਹੋ ਜਾਵੇ। ਅਤੇ ਟਰਬੋ ਬਾਰੇ ਤੁਹਾਨੂੰ ਦੱਸਿਆ ਜੀ, ਇਹ ਟਰੈਕਟਰ ਟਰਬੋ ਦੇ ਵਿੱਚ ਆਉਂਦਾ ਹੈਗਾ, ਪਹਿਲਾਂ ਵੀ 60-65 ਆਉਂਦਾ ਸੀ ਜਿਹੜਾ ਟਰਬੋ 'ਚ ਆਉਂਦਾ ਸੀਗਾ। ਅਤੇ ਟੂਲ ਜਾਇਦ ਕੀ ਵਧੀਆ ਫਿਰ ਤੁਹਾਨੂੰ ਅਤੇ ਪਹਿਲੀ ਹਿੱਸਾ ਹੁੰਦਾ ਹਾਂ, ਟੂਲ ਤਾਂ ਇਹਨਾਂ ਨੇ ਹੁਣ ਹੀ ਦਿੱਤਾ ਪਲਾਸਟਿਕ ਦਾ, ਵਧੀਆ ਹੈਗਾ ਟੂਲ ਸਰ। ਅਤੇ ਬਾਕੀ ਜ਼ਿਆਦਾਤਰ ਉੱਪਰੋਂ ਬਹਿ ਕੇ ਦੇਖੋ ਜੀ, ਤੁਸੀਂ ਉੱਪਰੋਂ ਬੈਠ ਕੇ ਦੇਖੋ, ਉੱਪਰੋਂ ਇੱਕ ਸਾਈਡ ਤਾਂ ਇਹਦੇ ਚਾਰ ਗੇਅਰ ਨੇ, ਪਰਲੀ ਸਾਈਡ ਚਾਰ ਗੇਅਰ ਨੇ ਇਹਦੇ, ਦੇਖੋ ਉੱਧਰ ਦਿਖਾਓ ਜੀ ਕੈਮਰਾ ਕਰੋ, ਚਾਰ ਗੇਅਰ ਨੇ, ਪਹਿਲਾ ਦੂਜਾ ਤੀਜਾ, ਪਹਿਲਾ ਦੂਜਾ ਤੀਜਾ ਚੌਥਾ, ਹਾਂ ਹਾਈ ਲੋ ਹਾਈ, ਹਾਂ ਲੋ ਹਾਈ। ਉੱਧਰ ਆਪਾਂ ਗੱਲ ਕੀਤੀ ਸੀ ਨਾ ਵੀ ਤੁਸੀਂ ਮੀਡੀਅਮ ਗੇਅਰ ਮਿਸ ਕਰੋਗੇ, ਉਹ ਲੋ ਹਾਈ ਹੋ ਗਿਆ। ਇੱਧਰ ਦੇਖੋ ਸ਼ਟਲ ਗੇਅਰ ਦੇ ਵਿੱਚ ਆਉਂਦਾ, ਆਹ ਸਪੈਸ਼ਲ ਗੇਅਰ, ਹਾਂ ਸਪੈਸ਼ਲ ਗੇਅਰ ਆਉਂਦਾ, ਸਪੈਸ਼ਲ ਗੇਅਰ ਜਿਹੜਾ ਸਪੀਡ ਨੇ ਜਿਹੜੀ ਉਹ ਮੀਡੀਅਮ ਬਣਾ ਦਿਆ ਕਰੂਗਾ, ਪਰ ਜਿਹੜਾ ਇਹ ਰੀਅਰ ਅਤੇ ਫਰੰਟ ਵਾਲਾ ਜਿਹੜੀ ਰੀਅਰ ਅਤੇ ਫੋਰਵਰਡ ਇਹ ਸਪੀਡ ਸ਼ਟਲ ਲੀਵਰ ਦੇ ਵਿੱਚ ਆਇਆ ਗਿਆ, ਇਹ ਆ ਇਹਦਾ PDO ਦਾ ਕਲੱਚ ਹੈ ਜੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆਹ ਅੱਗੇ ਦਾ ਕਲੱਸਟਰ ਮੀਟਰ ਦੇਖ ਲਓ ਤੁਸੀਂ, ਕਾਫੀ ਸੋਹਣਾ ਬਣਾ ਦਿੱਤਾ, ਡੈਕੋਰੇਟਿਵ ਬਣਾ ਦਿੱਤਾ, ਸਟੀਅਰਿੰਗ ਬਹੁਤ ਸੋਹਣਾ ਬਣਾ ਦਿੱਤਾ ਗਿਆ। ਅਤੇ ਬਾਕੀ ਤਾਂ ਜੀ ਇਹੀ ਹੈ। ਅਤੇ ਫਿਲਹਾਲ ਕੀ ਹੈ ਜੀ, ਆਹ ਇਹ ਤਾਂ ਜੀ ਜਿਹੜਾ ਇਹ ਮੋਡ ਨੇ ਆਪਣੇ ਜਿੱਦਾਂ CIDI ਦੇ ਵਿੱਚ ਮੋਡ ਚੇਂਜ ਹੁੰਦੇ ਨੇ ਇੰਜਨ ਦੇ, ਮਤਲਬ ਜ਼ਿਆਦਾਤਰ ਲੋਕ ਕਹਿ ਦਿੰਦੇ 3 ਇੰਜਨ ਵਾਲਾ ਟਰੈਕਟਰ ਵੀ ਕਹਿ ਦਿੰਦੇ ਨੇ ਵੀ 3 ਇੰਜਨ ਵਾਲਾ ਟਰੈਕਟਰ ਹੈ, ਤਾਂ ਇਹ ਮੋਡ ਚੇਂਜ ਕਰਦਾ ਹੈਗਾ ਮੇਰੇ ਖਿਆਲ 'ਚ ਇੱਥੋਂ। ਅਤੇ ਉਹਦੇ ਵਿੱਚ ਜੇ ਤੁਸੀਂ ਘੱਟ ਜ਼ੋਰ ਲਵਾਉਣਾ ਤਾਂ ਉਸ ਦੇ ਹਿਸਾਬ ਨਾਲ ਮੋਡ ਚੇਂਜ ਹੁੰਦੇ ਰਹਿੰਦੇ ਨੇ, ਜਿੱਦਾਂ CIDI ਟਰੈਕਟਰਾਂ ਦੇ ਵਿੱਚ ਸਾਰਿਆਂ ਦੇ ਤੁਹਾਨੂੰ ਪਤਾ ਹੀ ਹੋ ਜਾਣ। ਇਹਦੇ ਆ ਗਏ ਜੀ ਇੱਥੇ ਹੈਂਡ ਬ੍ਰੇਕ ਆ ਗਏ, ਆਲਾ ਲੀਵਰ ਹੈਂਡ ਬ੍ਰੇਕਸ ਦਾ, ਠੀਕ ਹੈ ਜੀ। ਅਤੇ ਆਹ ਇਹਦਾ ਸਟਾਰਟਿੰਗ ਕਰਨ ਵਾਲੀ ਆ ਗਈ। ਅਤੇ ਇੱਥੇ ਚਾਰਜਿੰਗ ਤੁਹਾਡਾ ਪੁਆਇੰਟ ਦਿੱਤਾ ਜੀ ਕੰਪਨੀ ਨੇ, ਮੱਡ ਗਾਰਡ ਦੇ ਉੱਤੇ ਇੱਧਰ ਦੇਖ ਲਓ, ਮੱਡ ਗਾਰਡ ਬਹੁਤ ਸੋਹਣੇ ਆ ਗਏ। ਅਤੇ LED ਲਾਈਟਸ ਆ ਗਈਆਂ, ਅੱਗੇ ਵੀ ਤੁਸੀਂ ਦੇਖਿਆ ਹੋਊ ਬੋਨਟ ਦੇ ਵਿੱਚ, ਆਪਾਂ ਦਿਖਾ ਦਿੰਦੇ ਹਾਂ ਬੋਨਟ ਦੇ ਵਿੱਚ, ਬੋਨਟ ਲਾ ਕੇ ਤੁਸੀਂ ਦਿਖਾਓ ਸਰ। ਓਵਰਆਲ ਲੁੱਕ ਤਾਂ ਬਹੁਤ ਘੈਂਟ ਆਉਂਦੀ ਹੈ ਬਾਹਰੋਂ, ਹੈ ਨਾ। ਛੱਡ ਦਿਓ ਭਾਅ ਜੀ। ਇਹ ਜਿਹੜੇ ਹੈਗੇ ਨੇ ਲੈਂਪਸ ਦੇਖੋ ਜੀ ਇਹਦੇ ਵਿੱਚ ਦਿੱਤੇ ਬੋਨਟ ਦੇ ਵਿੱਚ, ਅਤੇ ਅੱਗੇ ਉਹ ਦਿਖਾਓ ਜੀ ਤੁਸੀਂ ਜਿਹੜੀਆਂ ਹੈਗੀਆਂ ਲੈਂਪ LED ਲਾਈਟਸ। ਇਹ Penta 24 ਦੇ ਵਿੱਚ ਆਉਂਦਾ ਜੀ, Penta 24 ਤੁਸੀਂ ਦੇਖੋਗੇ ਨਾ, ਆ ਤਾਂ ਤੁਹਾਨੂੰ ਦਿਖਾ ਰਿਹਾ ਇਹਦੇ ਮਗਰਾਟ ਦੇ ਉੱਤੇ ਵੀ ਲਿਖਿਆ ਹੋਇਆ Penta 24 ਸਪੀਡਸ ਨੇ ਇਹਦੀਆਂ, Penta 24 ਦਾ ਲੋਗੋ ਵੀ ਲਾਇਆ ਹੋਇਆ ਉੱਪਰ। ਓਵਰਆਲ ਟਰੈਕਟਰ ਦੀ ਸ਼ੇਪ ਲੁੱਕ ਅਤੇ ਜ਼ੋਰ ਬਹੁਤ ਸੋਹਣਾ ਹੈਗਾ, ਤਾਂ
ਇੱਕ ਵਾਰ ਤੁਹਾਨੂੰ ਸਾਰੇ ਦੋਸਤਾਂ ਨੂੰ ਤਾਂ ਡੈਮੋ ਲੈਣਾ ਚਾਹੀਦਾ, ਉਹ ਉੱਧਰ 60-55 ਆ ਗਿਆ, ਸੇਮ ਚੀਜ਼ ਆ ਉਹ, ਬਟ ਉਹ ਟਰਬੋ ਨਹੀਂ ਹੈਗਾ, ਉਹ ਟਰਬੋ ਤੋਂ ਵਿਦਆਊਟ ਟਰਬੋ ਆ ਸ਼ਾਇਦ CIDI, ਅਤੇ ਉਹਦੀ 55 ਹੋਰਸ ਪਾਵਰ ਹੈ, 65 ਹੋਰਸ ਪਾਵਰ ਦੇ ਵਿੱਚ ਆ ਗਿਆ। ਇਹ ਅੱਗੇ ਤੁਹਾਡਾ ਇਕੱਲਾ 60 ਆ ਗਿਆ ਜੀ, ਸੇਮ ਸ਼ੇਪ ਦੇ ਵਿੱਚ 4x4 ਡਰਾਈਵ ਦੇ ਵਿੱਚ, ਵੀਲ ਡਰਾਈਵ 'ਚ, ਅਤੇ ਇਹ ADI ਦੇ ਵਿੱਚ ਆ ਗਿਆ, ਇਹ CIDI ਨਹੀਂ ਹੈਗਾ, ਅਤੇ ਬਾਕੀ ਐਜ਼ ਉਹ ਪਲੇਟਫਾਰਮ ਵਗੈਰਾ ਸਾਰੀਆਂ ਚੀਜ਼ਾਂ ਸੇਮ ਨੇ। ਅਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਮਿੱਤਰਾਂ ਦਾ। ਇਹ ਆਪਾਂ ਜੀ ਬਰਨਾਲੇ ਖੜ੍ਹੇ ਹਾਂ, ਇਹ ਟਰੱਕ ਯੂਨੀਅਨ ਵਾਲਾ, ਹਾਂ, ਧਰੌਲਾ ਰੋਡ 'ਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਨਾਲ, ਜਿਹੜੀ ਇਹ ਸਰੂਪ ਆਟੋਮੋਬਾਈਲ ਤੁਹਾਨੂੰ ਦਿਖਾ ਦਿੰਦੇ ਹਾਂ, ਸਰੂਪ ਆਟੋਮੋਬਾਈਲ ਦੇ ਨਾਂ 'ਤੇ ਏਜੰਸੀ ਦਾ ਨਾਮ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।